ਸਾਡੀ 150 ਟਰਾਲੀ ਤੂੜੀ ਦੀ ਬਣੀ ਹੈ ਜੀ ਤੇ ਕਿ ਸ਼ਰਾਰਤੀ ਅਫਸਰ ਨੇ ਘਟਨਾ ਕਰਤੀ ਹੈ ਜੀ ਇਹ ਘੱਟ ਤੋਂ ਘੱਟ ਵੀ 4 ਤੋਂ 4.5 ਲੱਖ ਦੀ ਤੂੜੀ ਸਾਡੀ ਪਈ ਸੀ ਜਿਹਦੇ ਵਿੱਚੋਂ ਅਸੀਂ ਪਿੰਡ ਵੀ ਖਾਣੀ ਸੀ ਕੋ ਆਪਣਾ ਜੋ ਖਰਚਾ ਵਰਚਾ ਇਹਦੇ ਵਿੱਚੋਂ ਹੀ ਕੱਢਣਾ ਸੀਗਾ ਇਹ ਸਾਰਾ ਦਾ ਸਾਰਾ ਸਾਡਾ ਨੁਕਸਾਨ ਹੋ ਚੁੱਕਾ ਵਾ ₹1500-2000 ਰੁਪਏ ਮੁੱਲ ਲੈ ਕੇ ਜਿਹੜੀ ਤੂੜੀ ਇਹਨਾਂ ਨੇ ਬਣਾਈ ਹੈ ਕੋਈ ਸਕੋ 150 ਟਰਾਲੀ ਤੂੜੀ ਬਣਾਈ ਹੈ ਜਦੋਂ ਸਾਨੂੰ ਪਤਾ ਲੱਗਾ ਵੀ ਇਹਨਾਂ ਦੀ ਤੂੜੀ ਨੂੰ ਕਿਸੇ ਨੇ ਅੱਗ ਲਾ ਦਿੱਤੀ ਹੈ ਅਸੀਂ ਪ੍ਰੋਪਰ ਇੱਥੇ ਪਹੁੰਚੇ ਹਾਂ ਆਪਣੀ ਵਾਹ ਲਈ ਪਰ ਅੱਗ ਜੇ ਬਿਜਲੀ ਬੁਝਾ ਨਹੀਂ ਸਕੋ ਅੱਗ ਬਹੁਤ ਜ਼ਿਆਦਾ ਤੇਜ਼ ਸੀ ਸੇਕਾ ਬਹੁਤ ਜ਼ਿਆਦਾ ਸੀ ਮੇਰੇ ਹਿਸਾਬ ਨਾਲ ਵੀ 1400-1400 ਕਿੱਲਾ ਏਕੜ ਸਾਡੀ ਜ਼ਮੀਨ ਹੈ ਇੱਥੇ ਅਤੇ ਮੇਰੇ 1400 ਕਿੱਲਾ ਦੇ ਵਿੱਚ ਹੀ ਜਿਹੜਾ ਨਾੜ ਜਿਹੜਾ ਸੜ ਕੇ ਸਵਾਹ ਹੋ ਚੁੱਕਾ ਅਸੀਂ ਪ੍ਰਸ਼ਾਸਨ ਦੇ ਮੰਗ ਚਾਹੁੰਦੇ ਹਾਂ ਜਿਹੜਾ ਇਹ ਦੋਸ਼ੀ ਆ ਉੱਥੇ ਸਖ਼ਤ ਤੋਂ ਸਤਿਕਾਰ ਵੀ ਹੋਣੀ ਚਾਹੀਦੀ ਆ ਇੰਦਰਜੀਤ ਸਿੰਘ ਨਾਮ ਆ ਮੇਰਾ ਜੀ ਅਤੇ ਸਾਡੀ 150 ਟਰਾਲੀ ਤੂੜੀ ਦੀ ਬਣੀ ਹੈ ਜੀ ਅਤੇ ਕਿ ਸ਼ਰਾਰਤੀ ਅਫਸਰ ਨੇ ਘਟਨਾ ਕਰਤੀ ਹੈ ਜੀ ਅਤੇ ਅਸੀਂ ਸਰਕਾਰ ਕੋਲ ਚਾਹੁੰਦੇ ਹਾਂ ਵੀ ਸਾਨੂੰ ਮੁਆਵਜ਼ਾ ਕੋਈ ਕਾਨੂੰਨੀ ਕਾਰਵਾਈ ਬਣਦੀ ਉੱਤੇ ਕੀਤੀ ਜਾਵੇ ਕੀ ਆਪਣੇ ਅੱਗ ਲੱਗਣਾ ਤੁਹਾਨੂੰ ਕਿੱਦਾਂ ਪਤਾ ਲੱਗਾ ਅੱਗ ਇੱਥੋਂ ਫੋਨ ਗਿਆ ਵੀ ਤੁਹਾਡੀ ਤੂੜੀ ਦੇ ਲਾਗੇ ਅੱਗ ਲੱਗ ਗਈ ਹੈ ਜੀ ਜਿੰਨੇ ਚਿਰ ਨੂੰ ਅਸੀਂ ਆਏ ਉਹਨੇ ਚਿਰ ਨੂੰ ਤੂੜੀ ਜਿਹੜੀ ਆ ਸੜ ਗਈ ਕਿੰਨਾ ਕੁ ਨੁਕਸਾਨ ਗਿਣਦੇ ਹੋ ਇਹਦੇ ਵਿੱਚ ਇਹ 4-4.5 ਲੱਖ ਦਾ ਨੁਕਸਾਨ ਹੋ ਗਿਆ ਜੀ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਤੱਕ ਪਹੁੰਚ ਕੀਤੀ ਨਹੀਂ ਹਾਲੇ ਕਿ ਹਾਂਜੀ ਮੁਲਾਜ਼ਮਾਂ ਨੂੰ ਦੱਸ ਕੇ ਆਏ ਹਾਂ ਇੱਥੇ ਮੌਕਾ ਵੇਖ ਕੇ ਗਏ ਆ ਹਾਂਜੀ ਅਤੇ ਪਟਵਾਰੀ ਕਨਗੋ ਸਾਹਿਬ ਵੀ ਆਏ ਉਹਨਾਂ ਨੂੰ ਵੀ ਆਉਂਦੇ ਹੁੰਦੇ ਘਰ ਉੱਥੇ ਪਹਿਲੋਂ ਸਰਕਾਰ ਕਹਿੰਦੀ ਅੱਗ ਨਾ ਲਾਓ ਪਰ ਆਪਣੇ ਲੋਕ ਫਿਰ ਵੀ ਨਹੀਂ ਇਹਨਾਂ ਚੀਜ਼ਾਂ ਤੋਂ ਬਾਜ ਆਉਂਦੇ ਅਤੇ ਜੋ ਵੀ ਹੈ ਜਿਹਨੇ ਅੱਗ ਲਾਈ ਆ ਪ੍ਰੋਪਰ ਕਾਰਵਾਈ ਉੱਤੇ ਹੋਣੀ ਚਾਹੀਦੀ ਹੈ ਜੀ ਮੇਰਾ ਨਾਮ ਮਨਜੀਤ ਸਿੰਘ ਆ ਪਿੰਡ ਧੁੰਦਾ ਇਹ ਜਿਹੜੀ ਜ਼ਮੀਨ ਆ ਇਹ ਮਿਆਣੀ ਮਲਾਹ ਪਿੰਡ ਸਬਦਲਪੁਰ ਦੇ ਵਿੱਚ ਪੈਂਦੀ ਹੈ ਜੀ ਅਸੀਂ ਇਹ 150 ਟਰਾਲੀ ਤੂੜੀ ਦੀ ਬਣਾਈ ਅਸੀਂ ਸਟੋਕ ਕੀਤੀ ਸਾਨੂੰ ਨਾ ਇੱਧਰੋਂ ਸਾਡਾ ਪਿੰਡ ਬਹੁਤ ਦੂਰ ਆ 25-30 ਕਿਲੋਮੀਟਰ ਪੈਣਾ ਪੈਂਦਾ ਜੀ ਅਸੀਂ ਆਪਣੀ ਜਿਹੜੀ ਤੂੜੀ ਆ ਇੱਕਦਮ ਪਿੰਡ ਨਹੀਂ ਖੜ ਸਕਦੇ ਇਸ ਕਰਕੇ ਅਸੀਂ ਬਣਾ ਕੇ ਸਟੋਕ ਕਰਕੇ ਬਾਅਦ ਦੇ ਵਿੱਚ ਸਹਿਜ ਅਸੀਂ ਲੈ ਕੇ ਜਾਣੀ ਜਿੰਨੀ ਸਾਡੀ ਵਰਤੋਂ 'ਚ ਆਉਂਦੀ ਪਿੰਡ ਉਹਨੇ ਅਸੀਂ ਪਿੰਡ ਖੜਨੀ ਬਾਕੀ ਅਸੀਂ ਜੋ ਵੀ ਬਚਦਾ ਅਸੀਂ ਉਹ ਇੱਥੋਂ ਸੇਲ ਕਰਨੀ ਸੀ ਕੋਈ ਵੇਚਦੇ ਕੋਈ ਆਪਣਾ ਚਾਰਾ ਗੁਜ਼ਾਰਾ ਚਲਾਉਂਦੇ ਜਿਸ ਤਰ੍ਹਾਂ ਵੀ ਆਏ ਅਤੇ ਇਹ ਸਾਡਾ ਕੋਈ ਸ਼ਰਾਰਤੀ ਅੰਸਰ ਨੇ ਇੱਥੋਂ ਅੱਜ ਸਵੇਰੇ ਤੜਕੇ ਸਵੇਰ ਸਾਰ ਕਿਸੇ ਨੇ ਅੱਗ ਲਾ ਦਿੱਤੀ ਆ ਕੋਈ ਤੀਲ ਲਾ ਕੇ ਉਹ ਬੰਦਾ ਵੀ ਫਰਾਰ ਹੋ ਗਿਆ ਅਸੀਂ ਉਹ ਬੰਦੇ ਦੀ ਕਾਰਵਾਈ ਕਰਨ ਡਏ ਹਾਂ ਸਾਨੂੰ ਉਹ ਬੰਦੇ ਦਾ ਅਜੇ ਤੱਕ ਪ੍ਰੋਪਰ ਪਤਾ ਨਹੀਂ ਲੱਗਾ ਅਤੇ ਉਹਦੇ ਅਸੀਂ ਦਸ ਤੋਂ ਕੱਢਣ ਡਏ ਹਾਂ ਅਤੇ ਲੱਗ ਵੀ ਜਾਊਗਾ ਦਿਹਾੜੀ ਡੰਗ ਤੱਕ ਕਿ ਕਿਹੜਾ ਬੰਦਾ ਕਿਹਨੇ ਇਹ ਸ਼ਰਾਰਤ ਕੀਤੀ ਆ ਅਤੇ ਇਹਦੇ ਵਿੱਚ ਵੇਖੋ ਅਸੀਂ ਸਰਕਾਰ ਤੋਂ ਵੀ ਚਾਹੁੰਦੇ ਹਾਂ ਕਿ ਸਾਨੂੰ ਇਹਦਾ ਕੁਛ ਨਾ ਕੁਛ ਮੁਆਵਜ਼ਾ ਦਿੱਤਾ ਜਾਵੇ ਕੁਛ ਵੀ ਆ ਅਤੇ ਬਾਕੀ ਜਿਹੜੇ ਸ਼ਰਾਰਤੀ ਅੰਸਰ ਨੇ ਜਿਹੜਾ ਵੀ ਸਾਡੇ ਇੱਥੇ ਇਹ ਕਾਰਵਾਈ ਕੀਤੀ ਆ ਉਹਦੇ ਉੱਤੇ ਪ੍ਰੋਪਰ ਕਾਰਵਾਈ ਸਰਕਾਰੀ ਜੋ ਬਣਦੀ ਆ ਉਹ ਹੋਣੀ ਚਾਹੀਦੀ ਆ ਇਹ ਘੱਟ ਤੋਂ ਘੱਟ ਵੀ 4-4.5 ਲੱਖ ਦੀ ਤੂੜੀ ਸਾਡੀ ਪਈ ਸੀ ਜਿਹਦੇ ਵਿੱਚੋਂ ਅਸੀਂ ਪਿੰਡ ਵੀ ਖਾਣੀ ਸੀ ਕੋ ਆਪਣਾ ਜੋ ਖਰਚਾ ਵਰਚਾ ਇਹਦੇ ਵਿੱਚੋਂ ਹੀ ਕੱਢਣਾ ਸੀਗਾ ਇਹ ਸਾਰਾ ਦਾ ਸਾਰਾ ਸਾਡਾ ਨੁਕਸਾਨ ਹੋ ਚੁੱਕਾ ਵਾ ਅਤੇ ਇਹ ਜਿਹੜੇ ਬੰਦੇ ਨੇ ਵੀ ਇਹ ਸ਼ਰਾਰਤੀ ਅੰਸਰ ਨੇ ਕੀਤਾ ਵਾ ਕੰਮ ਉਹ ਤੇ ਅਸੀਂ ਚਾਹੁੰਦੇ ਹਾਂ ਵੀ ਪ੍ਰਸ਼ਾਸਨ ਪੂਰੀ ਕਾਰਵਾਈ ਕਰੇ ਜੋ ਵੀ ਬਣਦੀ ਕਾਰਵਾਈ ਉੱਤੇ ਹੋਣੀ ਚਾਹੀਦੀ ਹੈ ਮੇਰਾ ਨਾਂ ਹਰਦੀਪ ਸਿੰਘ ਜੀ ਮੇਰਾ ਪਿੰਡ ਖੱਖ ਗੋਇੰਦਵਾਲ ਇਹ ਜ਼ਮੀਨ ਜਿਹੜੀ ਇੰਦਰਜੀਤ ਸਿੰਘ ਦੀ ਸੀ ਜਿਨ੍ਹਾਂ ਨੇ ਤੂੜੀ ਆਪਣਾ ਨਾਲ ਮੁੱਲ ਲੈ ਕੇ 1500-2000 ਰੁਪਏ ਮੁੱਲ ਲੈ ਕੇ ਜਿਹੜੀ ਤੂੜੀ ਇਹਨਾਂ ਨੇ ਬਣਾਈ ਹੈ ਕੋਈ ਸਕੋ 150 ਟਰਾਲੀ ਤੂੜੀ ਬਣਾਈ ਹੈ ਜਦੋਂ ਸਾਨੂੰ ਪਤਾ ਲੱਗਾ ਵੀ ਇਹਨਾਂ ਦੀ ਤੂੜੀ ਨੂੰ ਕਿਸੇ ਨੇ ਅੱਗ ਲਾ ਦਿੱਤੀ ਆ ਅਸੀਂ ਪ੍ਰੋਪਰ ਇੱਥੇ ਪਹੁੰਚੇ ਹਾਂ ਆਪਣੀ ਵਾਹ ਲਈ ਪਰ ਅੱਗ ਜੇ ਬਿਜਲੀ ਬੁਝਾ ਨਹੀਂ ਸਕੋ ਅੱਗ ਬਹੁਤ ਜ਼ਿਆਦਾ ਤੇਜ਼ ਸੀ ਸੇਕਾ ਬਹੁਤ ਜ਼ਿਆਦਾ ਸੀ ਫਿਰ ਅਸੀਂ ਪੁਲਿਸ ਮਹਿਕਮੇ ਨੂੰ ਇਹਦੀ ਜਾਣਕਾਰੀ ਦਿੱਤੀ ਤਹਿਸੀਲਦਾਰ ਪਟਵਾਰੀ ਸਾਹਿਬ ਨੂੰ ਉਹਦੇ ਬਾਰੇ ਜਾਣਕਾਰੀ ਵੀ ਸਾਡੇ ਜਿਹੜਾ ਸ਼ਰਾਰਤੀ ਅੰਸਰਾਂ ਨੇ ਜਿਹੜੀ ਕਿ ਅੱਗ ਲਾ ਦਿੱਤੀ ਗਈ ਆ ਇਹਦੀ ਗੱਲ ਸਰਕਾਰ ਨੇ ਇੱਕ ਤੇ ਰੋਕ ਲਾ ਚੁੱਕੀ ਆ ਜਿਹੜੀ ਇਹ ਨਾੜ ਨੂੰ ਅੱਗ ਨਹੀਂ ਲਾਉਣੀ ਪਰ ਫਿਰ ਵੀ ਲੋਕ ਜਿਹੜੇ ਆ ਹਟਦੇ ਨਹੀਂ ਕੋਈ ਕਮ ਸੇ ਕਮ ਇੱਥੇ ਸੋਲਰ ਪੋਲਾਂ ਲੱਗੇ ਹੋਏ ਨੇ ਮੋਟਰਾਂ ਲੱਗੀਆਂ ਹੋਈਆਂ ਨੇ ਅਸੀਂ ਸਵੇਰੇ ਆ ਕੇ ਫਿਰ ਜਿੰਨੀਆਂ ਵੀ ਮੋਟਰਾਂ ਸਾਡੇ ਕੋਲ ਬਚਾਈਆਂ ਗਈਆਂ ਅਸੀਂ ਬਚਾਈਆਂ ਨਹੀਂ ਤਾਂ ਘੱਟੋ ਘੱਟ ਅਸੀਂ ਮੇਰੇ ਹਿਸਾਬ ਨਾਲ ਵੀ 15-20 ਲੱਖ ਦਾ ਨੁਕਸਾਨ ਜਿਹੜਾ ਅੱਗ ਨੇ ਕਰ ਰਹੇ ਤੁਸੀਂ ਹੁਣੇ ਵੀ ਦੇਖ ਲਓ ਆਪਣਾ ਕੈਮਰਾ ਘੁਮਾ ਕੇ ਹਜੇ ਵੀ ਅੱਗ ਜਿਹੜੀ ਆ ਲੱਗੀ ਹੋਈ ਆ ਮੇਰੇ ਹਿਸਾਬ ਨਾਲ ਵੀ 1400-1400 ਕਿੱਲਾ ਏਕੜ ਸਾਡੀ ਜ਼ਮੀਨ ਹੈ ਇੱਥੇ ਅਤੇ ਮੇਰੇ 1400 ਕਿੱਲਾ ਦੇ ਵਿੱਚ ਹੀ ਜਿਹੜਾ ਨਾੜ ਜਿਹੜਾ ਸੜ ਕੇ ਸਵਾਹ ਹੋ ਚੁੱਕਾ ਅਸੀਂ ਪ੍ਰਸ਼ਾਸਨ ਦੇ ਮੰਗ ਚਾਹੁੰਦੇ ਹਾਂ ਜਿਹੜਾ ਇਹ ਦੋਸ਼ੀ ਆ ਉੱਥੇ ਸਖ਼ਤ ਤੋਂ ਸਤਿਕਾਰ ਵੀ ਹੋਣੀ ਚਾਹੀਦੀ ਆ ਔਰ ਸਰਕਾਰ ਨੂੰ ਅਸੀਂ ਇੱਕ ਬੇਨਤੀ ਕਰਦੇ ਹਾਂ
जिहड़ा नुकसान इन्हां होया सी घट्टो घट्ट भी 30 या 35 हज़ार रुपया ठेका भरदे आ। ठेके दे विच ही सानूं इह आस हुंदी वी चलो कुछ साडा ठेका पूरा करन वास्ते कुछ असीं अपनी पशुआं ते तुड़ी लै के जाणी हुंदी आ ते कुछ असीं जिहड़ी असीं व्यापारी नूं वेच के अपना जिहड़ा अपना उहदे विचों प्रॉफिट लैणा हुंदा, पर जिहड़ा कि सारा की सारा मिट्टी हो गया। असीं महकमे नूं आने आ, सरकार नूं वी बेनती करदे आ ते साडी पुरजोर इह बेनती सुनी जावे ते जिहड़ा साडा नुकसान होया वा भरपाई कीती जावे जी। ਜਿਵੇਂ ਕਿ ਸਰਕਾਰ ਨੇ ਹਦਾਇਤਾਂ ਦਿੱਤੀਆਂ ਕਿ ਨਾੜ ਨੂੰ ਅੱਗ ਨਹੀਂ ਲਗਾਉਣਾ, ਤੁਸੀਂ ਉਹਨਾਂ ਦੀ ਪਾਲਣਾ ਕੀਤੀ, ਤੁਸੀਂ ਨੂੰ ਸਟਾਕ ਕਰ ਲਿਆ, ਬਿਲਕੁਲ ਜੀ, ਫਿਰ ਵੀ ਅੱਗ ਲੱਗ ਗਈ ਤੂੜੀ ਨੂੰ, ਕਿਵੇਂ ਦੇਖਦੇ ਹੋ ਸਾਰੇ? ਇਹ ਤਾਂ ਸਾਡੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ। ਸਰਕਾਰ ਸਾਨੂੰ ਵਾਰ ਵਾਰ ਇਹ ਬੇਨਤੀ ਕਰਦੀ ਆ ਤੁਸੀਂ ਅੱਗ ਨੂੰ ਨਾੜ ਨਾ ਲਾਓ, ਇਹਨੂੰ ਪਾਣੀ ਛੱਡੋ, ਇਹਨੂੰ ਵਿੱਚ ਵਾਹਿਓ, ਵਾਹ ਕੇ ਇਹਨੂੰ ਵਿੱਚ ਮਿੱਟੀ ਦੀ ਮਿਲਾ ਦਿਓ। ਪਰ ਕੀ ਲੋਕ ਸਾਡੇ ਚਾਹੁੰਦੇ ਆ, ਪਤਾ ਨਹੀਂ, ਇੱਕ ਤਾਂ ਪਾਣੀ ਨੂੰ ਦੂਸ਼ਿਤ ਕਰਦੇ, ਹਵਾ ਨੂੰ ਦੂਸ਼ਿਤ ਕਰਦੇ ਆ, ਜੋ ਕਿ ਬਿਲਕੁਲ ਗਲਤ ਆ। ਸਾਡੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ, ਜੇ ਸਰਕਾਰ ਸਾਨੂੰ ਕਹਿੰਦੀ ਤਾਂ ਉਹਨੂੰ ਮੰਨਣਾ ਵੀ ਚਾਹੀਦਾ ਤਾਂ ਕਿ ਅਣਸੁਖਾਵੀਆਂ ਘਟਨਾ ਜਿਹੜੀਆਂ ਨਾ ਵਾਪਰ ਸਕਣ।